ਅਸਲਾਮੁਅਲੈਕੁਮ, ਅੱਜ ਦਾ ਵਲੌਗ ਸ਼ੁਰੂ ਕਰਨ ਲੱਗਿਆ। ਅੱਜ ਜਿਹੜਾ ਤੁਹਾਨੂੰ ਪਤਾ ਗਰਮੀ ਭਰੀ ਆ, ਨਾਲ ਦਸ ਮਰਾਂ ਮੈਂ ਅਤੇ ਉਹਦੀ ਵਜ੍ਹਾ ਤੋਂ ਭੀੜ ਲਾਉਣ ਲੱਗਿਆ। ਅਤੇ ਹੁਣ ਜਿਹੜਾ ਨਾ ਸਾਰੀਆਂ ਚੀਜ਼ਾਂ ਤਿਆਰ ਕਰਕੇ ਨਾ ਟੱਪ ਛੱਪ ਰੱਖ ਲਿਆ, ਅਤੇ ਹੁਣ ਜਿਹੜਾ ਸਾਰੀਆਂ ਚੀਜ਼ਾਂ ਦੁਕਾਨ 'ਤੇ ਲੈ ਕੇ ਜਾਂਦੇ ਹਾਂ, ਉੱਥੋਂ ਪਾਣੀ ਛਾਣੀ ਪਾ ਕੇ ਬਣਾ ਕੇ ਸਭ ਕੁਛ, ਅਤੇ ਉੱਥੇ ਫਿਰ ਸਭ ਕੁਛ ਕਰਨੇ ਆ, ਨਾਲ ਵੀਡੀਓ ਦੇ ਸਭ ਕੁਛ ਹੋਏਗਾ। ਠੀਕ ਹੈ ਜੀ, ਹੁਣ ਜਿਹੜਾ ਨਾ ਅਸੀਂ ਪਹੁੰਚ ਗਏ ਦੁਕਾਨ 'ਤੇ, ਅਤੇ ਇਹ ਅਸੀਂ ਭਾਂਡੇ ਛਾਂਡੇ ਰੱਖ ਲੈਣੇ, ਅਤੇ ਹੁਣ ਇਹ ਪਹਿਲਾਂ ਪੈਪ ਲਾ ਕੇ ਧੋਨੇ ਹਾਂ ਭਾਂਡੇ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਅੱਗੋਂ ਫਿਰ ਸਮਾਨ ਲੈਂਦੇ ਹਾਂ, ਫਿਰ ਬਣਾ ਕੇ ਫਿਰ ਅੱਗੋਂ ਸ਼ੁਰੂ ਕਰਨੇ ਆ। ਠੀਕ ਹੈ, ਅਤੇ ਹੁਣ ਸਭ ਤੋਂ ਪਹਿਲਾਂ ਅਸੀਂ ਪੈਪ ਲਾ ਕੇ ਨਾ ਭਾਂਡੇ ਧੋਣ ਲੱਗੇ। ਠੀਕ ਹੈ ਜੀ, ਆ ਵੇਖ ਲਓ ਹੁਣ ਭਾਂਡੇ ਛਾਂਡੇ ਧੋਣ ਲੱਗੇ ਨੇ, ਨਹਾ ਲੱਗ ਗਿਆ, ਨਹਾਉਣ ਵੀ ਤਾਂ ਹੱਦ ਹੀ ਪੀ ਆ ਗਿਆ। ਵੇਖੋ ਭਾਂਡੇ ਇੱਧਰ ਵੇਖ, ਹਾਂਜੀ ਚਾਹੀਦੇ ਸਾਰੇ ਸਬੀਲ ਲਾਉਣ ਗਏ ਹੁਣ ਇੱਥੇ। ਲਓ ਜੀ, ਹੁਣ ਰਹਿਣਾ ਇਹਨਾਂ ਨੂੰ ਗਲਾਸਾਂ ਦੀ ਜਾਂ ਗੰਜ ਕੱਪਾਂ ਦੀ ਵਾਰੀ ਆ ਗਈ ਹੈ, ਕੱਪ ਹੈ ਨਹੀਂ, ਚਲੋ ਗਲਾਸਾਂ ਨੂੰ ਛੋਟੀ ਗਲਾਸ ਹੈ ਧੋਣ ਲਿਆ ਹੁਣ ਇੱਥੇ ਵੀ। ਇਹ ਨਾਲ ਪੂਰਾ ਇੱਥੇ ਮਿਰਚਾਂ ਲੱਗੀਆਂ ਸਾਰਾ ਖੇਤ ਹੈ ਨਾਲ। ਲਓ ਜੀ ਬਾਈ, ਹੁਣ ਅਸੀਂ ਇਹ ਜਿਹੜੇ ਬਰਤਨ ਵਗੈਰਾ ਉਹ ਧੋਲੇ ਨੇ, ਐਂ ਵੇਖੋ ਹੁਣ ਹੁਣ ਜ਼ਰਾ ਜਾਂਦੇ ਜਿਹੜਾ ਬਕਾਇਆ ਸਮਾਨ ਪਾਣੀ ਭਰਨਾ ਹੁਣ ਪਹਿਲੇ, ਫਿਰ ਅਸੀਂ ਜਾਣਾ ਜਮਿਸ਼ਰੀ ਲੈ ਗਏ ਚੀਨੀ ਅਤੇ ਬਰਫ ਲਿਆ, ਬਰਫ ਸਭ ਤੋਂ ਐਂਡ ਲਿਆਂਗਾ ਉੱਪਰ ਫਰਾਂਸ ਹੁਣ ਜਿਹੜਾ ਪੈਪ ਉਹਨੂੰ ਕਾੜੇ ਨੇ ਜ਼ਰਾ ਲਪੇਟ ਰਹੇ। ਬਰਤਨ ਵਗੈਰਾ ਅਸੀਂ ਧੋਲੇ ਨੇ, ਹੁਣ ਅੱਗੂ ਜਾ ਹੁਣ ਅੱਗੂ ਸਾਡਾ ਜਿਹੜਾ ਅਗਲਾ ਕੰਮ ਹੈ ਅਸੀਂ ਜੇ ਪਾਣੀ ਪਾਉਣਾ ਅਤੇ ਫਿਰ ਬਕਾਇਆ ਕੋਲ ਕੰਮ ਕਰਨੇ ਤੁਹਾਨੂੰ, ਫਿਰ ਅੱਗੇ ਜਾ ਕੇ ਹੁਣ ਮਿਲੇ। ਲਓ ਜੀ ਬਾਈ, ਅਸੀਂ ਹੁਣ ਪੈਪ ਬੰਦ ਕਰਤਾ ਹੈ, ਸਾਰਾ ਕੁਛ ਹੋ ਗਿਆ, ਹੁਣ ਹੁਣ ਜਿਹੜਾ ਕੰਮ ਹੈ ਸਾਡੇ ਹੁਣ ਲੈ ਕੇ ਨਾ ਜਦ ਪਾਣੀ ਹੁਣ ਜਾਂਦੇ ਹਾਂ ਪਾਣੀ ਲੈਣ, ਪਾਣੀ ਹੁਣ ਅਸੀਂ ਉੱਧਰ ਜੇ ਜਾਣਾ ਤਾਂ ਸਾਡੇ ਮੇਰੇ ਮਾਮੂ ਤੱਕ ਉੱਧਰ ਜਾਂਦੇ ਹਾਂ ਪਾਣੀ ਲੈਣ, ਫਿਰ ਤੁਹਾਨੂੰ ਉੱਧਰ ਜਾ ਕੇ ਮਿਲਣੇ ਹਾਂ। ਲਓ ਜੀ ਬਾਈ, ਹੁਣ ਅਸੀਂ ਚੱਲੇ ਹਾਂ ਲੈਣ ਪਾਣੀ, ਉਹਦਾ ਤਾਇਆ ਪੂਰੇ ਕਰੂੰ, ਉੱਧਰ ਜਾ ਕੇ ਤੁਹਾਨੂੰ ਮਿਲਣੇ ਹਾਂ। ਇਹ ਵੇਖ ਸਕਦੇ ਫਰਾਂਸ ਜਿਹੜਾ ਹੁਣ ਜਗ ਜਿਹੜੇ ਜਗ 'ਚ ਅਸੀਂ ਪਾਣੀ ਲੈ ਗਏ ਉਹਨਾਂ ਨੂੰ ਜਗ ਨੂੰ ਖਾਲੀ ਕਰ, ਇਹ ਸਮਾਨ ਸਾਹਿਬ ਨੇ ਇਹ ਬਰਤਨ ਧੋਤੇ, ਹੁਣ ਅਸੀਂ ਜਾਂਦੇ ਹਾਂ ਹੁਣ ਜਗ ਦਾ ਪਤਾ ਕਰ। ਇਹ ਵੇਖ ਸਕਦੇ ਫਰਾਂਸ ਸਭ ਜਾ ਰਹੇ ਨੇ ਪਾਣੀ ਲੈਣ, ਜਗ੍ਹਾ ਫੜ ਲਿਆ। ਲਓ ਜੀ ਬਾਈ, ਹੁਣ ਅਸੀਂ ਆ ਗਏ ਹਾਂ ਕਿ ਨਾਮ ਇੱਧਰ ਪਾਣੀ ਭਰਨ ਵਾਸਤੇ, ਫਰਹਾਨ ਚੱਲਾ ਉੱਧਰ ਹੁਣ ਲੈਣ ਵਾਸਤੇ ਜਮਿਸ਼ਰੀ ਅਤੇ ਚੀਨੀ, ਜਮਿਸ਼ਰੀ 'ਚ ਹੁਣ ਉਹਨਾਂ ਦਾ ਪਾਣੀ ਭਰਨਾ ਹੋਵੇ ਕੂਲਰ ਹੈ, ਅਤੇ ਇੱਕ ਉੱਥੋਂ ਜਾ ਕੇ ਲੈ ਲੈਣਾ ਹੁਣ ਤੁਹਾਨੂੰ, ਫਿਰ ਜਦੋਂ ਪਾਣੀ ਭਰ ਗਏ ਜਦੋਂ ਫਰਹਾਨ ਹੁਣ ਜਦੋਂ ਸਮਾਨ ਲਿਆਉਣਾ ਪਿਆ ਉਹ ਜਾ ਕੇ ਲੈ ਅੱਛਾ। ਲਓ ਜੀ ਬਾਈ, ਹੁਣ ਮੈਂ ਪਾਣੀ ਵੀ ਭਰ ਲਿਆ, ਵੇਖ ਸਕਦੇ ਹੋ ਪਾਣੀ ਪੂਣੀ ਮੈਂ ਭਰ ਲਿਆ, ਉਹ ਫਰਾਂਸਾ ਕੋਲ ਉੱਥੇ ਫਰਾਂਸਾ ਵੀ ਆ ਗਏ ਨੇ, ਪਾਣੀ ਭਰਿਆ ਗਿਆ ਹੁਣ ਜਦੋਂ ਪਾਣੀ ਭਰ ਗਿਆ, ਪਾਣੀ ਭਰ ਹੁਣ ਦੁਕਾਨ 'ਤੇ ਜਾਣਾ ਤੁਹਾਨੂੰ ਦੁਕਾਨ 'ਤੇ ਜਾ ਕੇ ਮਿਲ ਜਾਊਗੇ, ਦੋ ਕੂਲਰ ਨੇ ਲਿਖਣਾ ਉਹਨਾਂ ਕੋਲ ਫੜ ਲੈ ਇਹ ਭਰ ਗਏ ਨੇ, ਹੁਣ ਦੁਕਾਨ ਇਹ ਫਰਾਂਸਾ ਵੀ ਆ ਗਏ ਨੇ ਜਾਂ ਸਮਾਨ ਲੈ ਗਿਆ ਫਰਾਂਸਾ, ਕੀ ਆਉਂਦਾ ਤੁਸੀਂ ਲੈ ਗਏ ਅਤੇ ਚੀਨੀ ਆਉਂਦੀ ਨਹੀਂ। ਉਹ ਜੀ ਹੁਣ ਅਸੀਂ ਦੁਕਾਨ 'ਤੇ ਪਹੁੰਚ ਗਏ ਜਿੱਧਰ ਅਸੀਂ ਸਬੀਲ ਲਾਉਣੀ, ਉੱਧਰ ਅਸੀਂ ਪਹੁੰਚ ਗਏ, ਇਹ ਫਰਾਂਸਾ ਪਾਣੀ ਪਾ ਰਹੇ ਹਾਂ ਵੇਖ ਲਓ, ਹੁਣ ਇਹਦੇ 'ਚ ਪਾਉਂਦੇ ਹਾਂ ਚੀਨੀ ਪਾਉਂਦੇ ਇਹਨੂੰ ਮਿਕਸ ਕਰਨੇ, ਫਿਰ ਜਮਿਸ਼ਰੀ ਪਾ ਕੇ ਫਿਰ ਜਿਹੜਾ ਅਗਰ ਜਮਿਸ਼ਰੀ ਥੋੜ੍ਹਾ ਘੱਟ ਪਏਗਾ ਉਹ ਵੀ ਲੈ ਆਵਾਂਗੇ, ਫਿਰ ਹੋਰ ਜਿਹੜਾ ਜਮ ਫਿਰ ਜਾਵਾਂਗੇ ਬਾਹਲੇ ਬੜਾ ਲੈਣ, ਤੁਹਾਨੂੰ ਉੱਧਰ ਜਾ ਕੇ ਮਿਲ ਜਾਏ, ਵੇਖ ਸਮਾਨ ਵੀ ਇੱਧਰ ਹੀ ਹਾਦੀ ਵੀ ਇੱਧਰ ਹੀ, ਹੁਣ ਮੈਨੂੰ ਸਭ ਕੁਝ ਪਾਉਣੀ ਬਰਫ ਲੈ, ਮੈਂ ਫਰਾਂ ਲੈਣ ਬਰਫ ਲੜਿਆ ਦੇ, ਉਹ ਬਰਫ ਤੇ ਲੈ ਕੇ ਆਣੀ ਹੈ, ਲੱਗਦਾ ਬੰਦੇ ਗਰਮ ਪਾਣੀ ਕਿੰਨੇ ਪੀਣਾ, ਬਰਫ ਜਦੋਂ ਸਾਰਾ ਬਣ ਜਾਏਗਾ ਨਾ ਫੇਰ ਜਾਵਾਂਗੇ ਲੈਣ। ਜਾ ਚਲੋ ਹੁਣ ਤੁਹਾਨੂੰ ਬਰਫ ਲੈਣ ਚੱਲੇ, ਤੁਹਾਨੂੰ ਉੱਧਰ ਜਾ ਕੇ ਹੁਣ ਤੁਹਾਨੂੰ ਮਿਲਣੇ। ਅੱਛਾ, ਹਮਕੋ ਸਿਖਾ ਰਹੀ ਹੈ। ਲਓ ਜੀ ਬਈ, ਹੁਣ ਅਸੀਂ ਬੜਾ ਬਰਫ ਲੈ ਕੇ ਆ ਗਏ, ਹੁਣ ਹਲੇ ਹੁਣ ਅਸੀਂ ਪਹੁੰਚੇ ਹਾਂ, ਵੇਖ ਸਕਦੇ ਫਰਾਂ ਵਿੱਚ ਬੜਾ ਵਿੱਚ ਪਾਤੀ, ਹੁਣ ਪਾ ਰਹੇ ਵਿੱਚ ਚੀਨੀ, ਹੁਣ ਮਿਕਸ ਕਰਕੇ ਜਰਾ ਬਣਾ ਬਣੂ, ਠੰਡਾ ਹੋ ਗਿਆ ਹੁਣ ਬਣਾ ਬਣੂਗਾ, ਸਭਾਨ ਸਾਹਿਬ ਖਲੋਤੇ ਹੈ, ਸਭਾਨ ਸਾਹਿਬ ਅੰਦਰ ਬੈਠ ਖਲੋਤੇ ਹੈ, ਅੱਧੀ ਸਾਹਿਬ ਹੁਣ ਵਿੱਚ ਚੀਨੀ ਚੁਨੀ ਪਾ ਰਹੇ ਆ, ਹੁਣ ਵਿੱਚ ਪਾ ਕੇ ਮਿਕਸ ਕਰਕੇ ਸਹੀ ਤਰ੍ਹਾਂ ਬਣਾ ਕੇ ਫਿਰ ਤੁਹਾਨੂੰ ਇਹ ਵੇਖ ਸਕਦੇ ਤੁਸੀਂ, ਮੌਸਮ ਵੀ ਬਹੁਤ ਅੱਛਾ ਹੋ ਗਿਆ, ਮੌਸਮ ਬਹੁਤ ਮੌਸਮ ਬੜਾ ਕਮਾਲ ਹੋ ਗਿਆ।
ਸਪੀਡ ਬਣ ਜਾਂਦੀ ਹੈ। ਮੈਂ ਵੇਖ ਲਓ ਹੁਣ ਤੁਸੀਂ ਕੀ ਨਾਮ ਹੈ ਜਿਹੜਾ ਸਾਡਾ ਪਾਣੀ ਹੈ ਮਾਸ਼ਾਅੱਲਾ ਤਿਆਰ ਹੋ ਗਿਆ, ਅੱਲਾਹ ਦਾ ਸ਼ੁਕਰ। ਹੁਣ ਇੱਕ ਵਾਰੀ ਜ਼ਰਾ ਜਿਹੜਾ ਟੇਸਟ ਉਹ ਵੇਖਦੇ ਹਾਂ, ਅਲਹਮਦੁਲਿਲਾ ਹੁਣ ਜਿਹੜਾ ਜੋ ਟੇਸਟ ਹੋਏਗਾ ਉਹ ਤੁਹਾਨੂੰ ਖਾਣਾ। ਸਪੀਡ ਸਾਡੀ ਤਿਆਰ ਹੋ ਗਈ, ਹੁਣ ਜ਼ਰਾ ਹੋਈ ਠੰਡਾ ਹੋਈਏ, ਫਿਰ ਫਿਰ ਕੁਛ ਫਿਰ ਜਿਹੜੀ ਸਪੀਡ ਸ਼ੁਰੂ ਕਰ ਦਿੰਦੇ। ਇਹ ਫਰਾਂਸ ਸਾਹਿਬ ਹੁਣ ਫੁੱਲ ਟਾਈਮ ਲੱਗੇ ਹੋਏ ਨੇ, ਫਰਾਂਸ ਸਾਹਿਬ ਥੋੜ੍ਹਾ ਜਿਹਾ ਜੰਮੀ ਸੀ ਹੁਣ ਹੋਰ ਪਾਓ। ਲੋ ਜੀ ਹੁਣ ਜਿਹੜਾ ਨਾ ਆਹ ਡੇ ਜਿਹੜੀ ਨਾ ਸਟੀਲ ਅਸੀਂ ਜਿਹੜੀ ਤਿਆਰ ਕੀਤੀ ਉਹ ਹੋ ਗਈ ਤਿਆਰ, ਅਤੇ ਹੁਣ ਉਹ ਸਮਾਨ ਰਨ ਭੇਜਿਆ ਬਰਫ਼ ਲੈਣ ਵਾਸਤੇ, ਹੋਰ ਬਾੜੀਆਂ ਲੈ ਕੇ ਉਹ ਥੋੜ੍ਹੀ ਹੈ, ਅਤੇ ਹੁਣ ਜਿਹੜਾ ਨਾ ਤਿਆਰ ਤਾਂ ਹੋ ਗਈ ਹੈ, ਅਤੇ ਹੁਣ ਬਣਨਾ ਸ਼ੁਰੂ ਕਰਨਾ। ਠੀਕ ਹੈ ਲੋ ਜੀ, ਹੁਣ ਜਿਹੜਾ ਨਾ ਅਸੀਂ ਪੀਲ ਅੱਧੇ ਨਾਲ ਬਹੁਤਾ ਕੰਮ ਹੋ ਗਿਆ ਸਾਡਾ, ਅਤੇ ਇਹ ਥੋੜ੍ਹਾ ਜਿਹਾ ਰਹਿ ਗਿਆ ਮਾਲ, ਨੀ ਸਾਹਿਬ ਹੋਰਾਂ ਨੇ ਮੇਰੀ ਜਗ੍ਹਾ ਮਾਲ ਲਈ ਹੈ, ਨੀ ਸਾਹਿਬ ਫੁੱਲ ਫਾਨ ਕੇ ਫਿਰ ਗੁੱਸੇ 'ਚ ਕਰਦੇ ਪਏ ਕੰਮ, ਯਾਰ ਸਾਰੇ ਨਾਲ ਉਹ ਆਏ ਨੀ ਉੱਤਲ ਪਿਆ ਜਾ ਕੇ, ਉੱਤਲ ਪਿਆ ਜਾ ਕੇ ਸੰਨੀ ਇਹ ਜਿਹੜਾ ਨਾ ਸ਼ਾਦਲ ਸਾਹਿਬ ਵੀ ਆ ਗਏ ਨੇ ਪਿੰਡ ਹੀ ਆ, ਤੇ ਹੁਣ ਆ ਗਏ ਨੇ ਤੱਲਾ ਸਾਹਿਬ ਆ ਗਏ, ਤੱਲਾ ਸਾਹਿਬ ਬਰੀ ਪਾਣੀ ਵੀ ਮਾਸ਼ਾਅੱਲਾ ਕਿੰਨਾ ਬੜਾ ਦੇਖ ਰਿਹਾ ਆਰਾਮ ਨੂੰ ਕਿਆ ਰਿਹਾ ਥੋੜ੍ਹਾ ਜਿਹਾ ਰਹਿ ਗਿਆ, ਨਹੀਂ ਸਾਹਿਬ ਬਰੀ ਫੁੱਲ ਭਾਂਤ ਜਿਹੜਾ ਨਾ ਕਮਾਈ ਜਾਂਦੇ ਪੈਣੇ ਕਮਾਈ ਜਾਂਦੇ ਪੈਣੇ। ਠੀਕ ਹੈ ਤੋ ਮਲੰਗਾ ਹੁਣ ਲੈ ਪਿਆ ਸਲਾਮ ਸਾਹਿਬ ਉਹ ਵੀ ਪਾਇਆ, ਹੁਣ ਦਿੰਦਾ ਪਿਆ ਸਲਾਮ ਸਾਹਿਬ ਅੱਗੇ ਦੇ ਅਤੇ ਮੈਂ ਅੱਗੇ ਹਾਂ ਸਾਰੇ ਪਿੱਛੇ ਵੀ ਅਸਲ ਤਾਂ ਤੁਹਾਨੂੰ ਪਤਾ ਸਪੀਲਾਂ ਹਰ ਕਿਤੇ ਲੱਗੀ ਦੇ ਤੇ ਪਿੱਛੋਂ ਮਾਂ ਪੀ ਕਹਿੰਦੀ ਪਈ ਹੈ, ਅਤੇ ਇਹ ਵੇਖ ਤੱਲਾ ਸਾਹਿਬ ਵੀ ਆ ਗਏ ਨੇ ਆ ਗਏ ਨੇ ਆਪਣੀ ਸਾਈਡ ਲਈ। ਲੋ ਜੀ ਬਈ ਹੁਣ ਅਸੀਂ ਉੱਧਰ ਸਪੀਲ ਲਾਈ ਸੀ ਅਤੇ ਉੱਧਰ ਪੀਤਾ ਨਹੀਂ, ਉੱਧਰ ਨਾ ਕੀ ਨਾਮ ਵਾਮ ਥੋੜ੍ਹੀ ਆ ਗਈ, ਪੈਸਾ ਹੁਣ ਅਸੀਂ ਨਾ ਪੇਲ ਤੋਂ ਲੈ ਕੇ ਚੱਲਣਾ, ਪੇਲ ਆਉਣ ਜਾਣ ਹੁੰਦਾ ਫਿਰ ਵਾਮ ਦਾ, ਅਤੇ ਉੱਧਰ ਲੈ ਕੇ ਚੱਲੇ। ਇਹ ਵੇਖ ਹੁਣ ਚੁੱਕ ਲਏ ਉਹਨਾਂ ਨੇ ਸਮਾਨ ਫੜ ਲਿਆ, ਚਲੋ ਆਇਓ ਯਾਰ ਹੁਣ ਆਇਓ ਇਹ ਬਈ ਅੰਕਲ ਅਤੇ ਤੱਲਾ ਸਾਹਿਬ ਇਹ ਹਾਦੀ ਹੈ ਸ਼ਾਲ ਲਈ, ਹੁਣ ਤੁਹਾਨੂੰ ਜਾਂਦੇ ਹਾਂ ਪੇਲ ਅਤੇ ਪੇਲ ਜਾ ਕੇ ਬੜੀ ਵਾਮ ਉਹ ਆਉਣ ਜਾਣ ਹੁੰਦਾ ਨਾ ਗੱਡੀਆਂ ਗੁਜ਼ਰਨ ਦਾ, ਉੱਧਰ ਜਾ ਖਲੋਈਏ ਨੇ ਅਤੇ ਉੱਧਰ ਜਾ ਮਿਲਿਆ ਵੀ ਇਹ ਵੀ ਪਿੱਛੇ ਆ ਹੀ ਰਹੇ, ਇਹ ਆ ਰਹੇ ਨੇ ਪਿੱਛੇ ਆ ਵੇਖ ਲਓ ਹੁਣ ਤੁਹਾਨੂੰ। ਲੋ ਜੀ ਬਈ ਹੁਣ ਅਸੀਂ ਪੇਲ ਤੋਂ ਪਹੁੰਚ ਗਏ ਹਾਂ ਅਤੇ ਇਹ ਵੇਖ ਸਕਦੇ ਹੋ ਫਰਾਂਸ ਸਾਹਿਬ ਜਗ 'ਚ ਪਾਣੀ ਪਾ ਰਹੇ ਹੁਣ, ਇਹ ਵੇਖ ਲਓ ਪੇਲ ਦੇ ਆ ਗਏ ਅੰਦਰ ਵਾਮ ਦਾ ਆਉਣ ਜਾਣ ਗੁਜ਼ਰਨ ਹੁੰਦਾ ਨਾ ਉੱਧਰ ਜਾ ਰਹੇ ਹੁਣ। ਇਹ ਫਰਾਂਸ ਸਾਹਿਬ ਕਿਹਨੂੰ ਦੇਣ ਚੱਲੇ ਹੋ? ਲੋ ਜੀ ਹੁਣ ਅਸੀਂ ਪੇਲ ਤੋਂ ਪਹੁੰਚ ਗਏ ਹਾਂ ਅਤੇ ਇਹ ਵੇਖ ਸਕਦੇ ਹੋ ਫਰਾਂਸ ਸਾਹਿਬ ਜਗ 'ਚ ਪਾਣੀ ਪਾ ਰਹੇ ਹੁਣ, ਇਹ ਵੇਖ ਲਓ ਪੇਲ ਦੇ ਆ ਗਏ ਅੰਦਰ ਵਾਮ ਦਾ ਆਉਣ ਜਾਣ ਗੁਜ਼ਰਨ ਹੁੰਦਾ ਨਾ ਉੱਧਰ ਜਾ ਰਹੇ ਹੁਣ। ਇਹ ਫਰਾਂਸ ਸਾਹਿਬ ਕਿਹਨੂੰ ਦੇਣ ਚੱਲੇ ਹੋ? ਪਾਣੀ ਪਿਲਾਉਂਦੇ ਨੇ ਕਿਉਂਕਿ ਉੱਧਰ ਕਿਉਂਕਿ ਸਰਸਰਕਤੀ ਵਾਮ ਹੋਣੀ ਸੀ ਉੱਧਰ ਤੇ ਹੋਣੀ ਨਹੀਂ ਸੀ। ਲੋ ਜੀ ਬਈ ਹੁਣ ਸਾਡਾ ਜਿਹੜਾ ਸਪੀਲ ਦਾ ਪਾਣੀ ਬਿਲਕੁਲ ਥੋੜਾ ਜਿਹਾ ਰਹਿ ਗਿਆ ਹੈ, ਇਹ ਵੇਖ ਲਓ ਸੁਭਾਨ ਅੱਧਰ ਲੋਕ ਬੁਲਾ ਰਹੇ ਆ ਅਤੇ ਫਰਾਂ ਉੱਧਰ ਗਿਆ ਉੱਧਰ ਨਾ ਜਦੋਂ ਉੱਧਰ ਆਵਾਂ, ਇਹ ਵੇਖ ਲਓ ਪਾਣੀ ਬਿਲਕੁਲ ਥੋੜਾ ਇੱਕ ਹਿਸਾਬ ਦਾ ਮੁੱਕ ਹੀ ਗਿਆ ਹੁਣ ਮਾਸ਼ਾਅੱਲਾ, ਕਿਉਂਕਿ ਉੱਧਰ ਨਾ ਉੱਧਰ ਇੰਨੀ ਵਾਮ ਨਹੀਂ ਆਉਂਦੀ, ਬਾਹਰ ਆਇਆ ਨਾ ਮੇਨ ਤੋਂ ਵਾਮ ਬੜੀ ਉੱਧਰ ਸਾਰੇ ਪਾਣੀ ਪੀ ਰਹੇ ਉੱਧਰ ਪੀ ਫੋਕਸ ਬਿਲਕੁਲ ਪਾਣੀ ਥੋੜ੍ਹਾ ਜਿਹਾ ਰਹਿ ਗਿਆ ਹੁਣ ਮੁੱਕਦਾ ਤਾਂ ਫਿਰ ਚੱਲੀ। ਲੋ ਜੀ ਬਈ ਹੁਣ ਜੇ ਹੁਣ ਜਿਹਾ ਹੁਣ ਨਾ ਹੁਣ ਯਾਰ ਵੇਖ ਸਕਦੇ ਹੋ ਪਾਣੀ ਸਾਰਾ ਖਤਮ, ਇਹ ਵੇਖ ਲਓ ਇੱਕ ਇਹ ਜਗ ਥੋੜ੍ਹਾ ਜਿਹਾ ਬਿਲਕੁਲ ਡਿਆ ਤਾਂ ਫਰਹਾਨ ਸਾਹਿਬ ਨੂੰ ਉੱਧਰ ਫੜਿਆ ਹੈ, ਪਾਣੀ ਪਿਲਾ ਰਹੇ ਨੇ ਖਤਮ ਹੋ ਗਈ
ਠੀਕ ਹੈ ਤੇ ਆ ਵੇਖ ਲਓ ਇੱਥੇ ਉੱਥੇ ਦੁਕਾਨ ਦੇ ਕੋਲ ਹਾਂ ਉੱਥੇ ਬਹੁਤੀ ਮਾਂ ਇਗਨੋਰ ਕਰਦੀ ਪਈ ਫਿਰ ਅਸੀਂ ਆਪੇ ਤੇ ਆਏ ਹਾਂ ਇੱਥੇ 10 ਮਿੰਟਾਂ 'ਚ ਸਾਰਾ ਕੰਮ ਮੁੱਕ ਗਿਆ ਠੀਕ ਹੈ ਪਾਣੀ ਸਾਰਾ ਹੀ ਮੁੱਕ ਗਿਆ ਅਤੇ ਉਮੀਦ ਕਰਨਾ ਕਿ ਤੁਹਾਨੂੰ ਵਲੌਗ ਪਸੰਦ ਆਇਆ ਹੋਏਗਾ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਸ਼ੇਅਰ ਕਰ ਦੇਣਾ ਅੱਲਾ ਹਾਫਿਜ਼।